ਨੇਤਾਇਆਂ ਕੀ ਹੋਈ ਇਹਦਾ ਭਾਈ ਪਤਾ ਨਹੀਂ ਕੀ ਹੋਈ ਆ ਮੰਨਿਆ ਕਿ ਗਰਮੀ ਬੜੀ ਹੈ ਪਰ ਗਰਮੀ ਦਾ ਅਸਰ ਨੇਤਾਇਆਂ ਪਰ ਹੋਈ ਆ ਇਹ ਗੱਲ ਕੋਈ ਜਜਦੇ ਨਹੀਂ ਹੈ ਮਾਣਾ ਚ ਪਈਦੀ ਵੀ ਨਹੀਂ ਹੈ ਕੀ ਕਿ ਜਿਹੜੇ ਨੇਤਾ ਅੱਥ ਬੰਨੀ ਬੰਨੀ ਹੈ ਜਨਤਾ ਜਨਾਰਦਨ ਦੇ ਦਰਵਾਜੇ ਪਰ ਜੰਦੇ ਨੇ ਜਨਤਾ ਜਨਾਰਦਨ ਕੀ ਪ੍ਰਣਾਮ ਕਰਦੇ ਨੇ ਹੁੰਦਾ ਸਵਾਗਤ ਕਰਦੇ ਨੇ ਤੇ ਅਗਰ ਕੁਦਾ ਕੋਈ ਪ੍ਰਦਰਸ਼ਨ ਕਰੀ ਉੜਦਾ ਹੁੰਦੇ ਖਿਲਾਫ ਤੇ ਉਹ ਨੇਤਾ ਜਿਹੜੇ ਨੇ ਉਹ ਫਕੜ ਕੱਢਣਾ ਸ਼ੁਰੂ ਕਰੀ ਉੜਦੇ ਨੇ ਇਹ ਗੱਲ ਜਨਤਾ ਜਨਾਰਦਨ ਕੀ ਵੀ ਨਹੀਂ ਪੱਜਦੀ ਤੇ ਲੋਕਤੰਤਰ ਚ ਇਹ ਗੱਲ ਜਿਹੜੀ ਹੈ ਨੇਤਾਇਆਂ ਦੀ ਸ਼ੋਭਾ ਵੀ ਨਹੀਂ ਦਿੰਦੀ ਨਿਰਵਾਚਿਤ ਸਦਸਿਓ ਹੋਣ ਜਾਂ ਕੋਈ ਹੋਰ ਹੋਵੇ ਇਹ ਗੱਲ ਕੋਈ ਮਨਚ ਨਹੀਂ ਹੈ ਬਵਾ ਕਰਦੀ ਤੁਸੀਂ ਦੇਖੀਗੇ ਲੈ ਆਉਣਾ ਇੱਕ ਵੀਡੀਓ ਜਿਹੜਾ ਹੈ ਉਹ ਵਾਇਰਲ ਹੋਆ ਕਰਦਾ ਜਿਲ੍ਹੇ ਕਟੂਘੇ ਦਾ ਇੱਕ ਨਿਰਵਾਚਿਤ ਸਦਸਿਆ ਲੋਕਾਂ ਬਿਜਲੀ ਪਾਣੀ ਜਾਂ ਹੋਰ ਜਿਹੜੀਆਂ ਮੂਲ ਬੂਤ ਸੁਵਿਧਾਨ ਜਿਹੜੀਆਂ ਬੁਨਿਆਦੀ ਸੁਵਿਧਾਨ ਉਹਨੇ ਕੀ ਲਿਆ ਪ੍ਰਦਰਸ਼ਨ ਕੀਤਾ ਪਰ ਭਾਰਤੀ ਜਨਤਾ ਪਾਰਟੀ ਦਾ ਇਹ ਨਿਰਵਾਚਿਤ ਸਦਸਿਓ ਲੋਕਾਂ ਕੀ ਤਮਕਾ ਕਰਦਾ ਲੋਕਾਂ ਕੀ ਫਕੜ ਕੱਢਾ ਕਰਦਾ ਹੈ ਕਿ ਤੁਸੀਂ ਮੇਰੇ ਖਿਲਾਫ ਜਿਹੜਾ ਇਹ ਪ੍ਰਦਰਸ਼ਨ ਹੈ ਉਹ ਕੀ ਕੀਤਾ ਇਹ ਸਹੀ ਖਬਰਾਂ ਹੋਰ ਵੀ ਕਈ ਥਾਰਿਆਂ ਪਰathoਆ ਕਰਦੀਆਂ ਪਰ ਗੱਲ ਇਹ ਸ਼ੋਭਾ ਨਹੀਂ ਦਿੰਦੀ ਕਿ ਇੱਕ ਇੱਕ ਰਾਸ਼ਟਰੀ ਸਾਰੇ ਕੋਲਾ ਵੱਡੀ ਪਾਰਟੀ ਦਾ ਇੱਕ ਨਿਰਵਾਚਿਤ ਸਦਸ્ય ਜਨਤਾ ਜਨਾਰ ਦੇਨ ਕੀ ਜਿਨੇ ਉਸੀ ਬੋਰਡ ਦਿੱਤਾ ਦਾ ਹੈ ਅਗਰ ਉਹ ਕੋਈ ਆਪਣਾ ਵਿਰੋਧ ਪ੍ਰਦਰਸ਼ਨ ਕਰਾ ਕਰਦੇ ਨੇ ਤੇ ਉਨੇ ਕੀ ਤਮਕਾ ਕਰਦਾ ਹੈ ਗੱਲ ਇਹ ਕੋਈ ਜੱਚਦੀ ਨਹੀਂ ਹੈ ਔਰ ਗੱਲ ਤਾਂ ਨਹੀਂ ਜੱਚਦੀ ਕਿ ਇੱਕ ਅਨੁਸ਼ਾਸਨ ਚ ਬੱਜੀ ਦੀ ਪਾਰਟੀ ਦਾ ਇੱਕ ਸਦਸ્ય ਇਸ ਸਭਾ ਦੀਆਂ ਅਰਕਤਾ ਕਰਾ ਕਰਦਾ ਹੈ ਇਸ ਦਾ ਸੰਗਿਆਨ ਪਾਰਟੀ ਕੀ ਵੀ ਲੈਣਾ ਚਾਹੀਦਾ ਉਹ ਦਿਖਿਆ ਜਾ ਕਰਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਕਿਛ ਨੇਤਾ ਅਗਰ ਉਹਦੇ ਖਿਲਾਫ ਕੋਈ ਆਵਾਜ਼ ਚੁਗਦਾ ਹੈ ਤੇ ਉਹ ਲੋਕਾਂ ਕੀ ਤਮਕਾਣੇ ਦਾ ਕੰਮ ਸ਼ੁਰੂ ਕਰ ਹੀ ਦਿੰਦੇ ਨੇ ਜਿਹੜਾ ਸ਼ੈਲ ਗੱਲ ਨਹੀਂ ਹੈ ਕੀ ਕਿ ਆਸ ਲੋਕਤੰਤ੍ਰਿਕ ਵਿਵਸਥਾ ਚ ਰੌਣਨੇ ਆ ਇੱਕ ਲੋਕਤੰਤ੍ਰਿਕ ਦੇਸ਼ਾ ਚ ਰਵਾ ਕਰਨੇ ਆ ਔਰ ਸਾਡੇ ਲੋਕਤੰਤਰ ਦੀ ਪੂਰਾ ਬਿਸ਼ਵ ਜਿਹੜਾ ਹੈ ਉਹ ਤਾਰੀਫ ਹੀ ਕਰਦਾ ਔਰ ਸਾਡੇ ਲੋਕਤੰਤਰ ਦੀ ਜਿਹੜਾ ਲੋਹਾ ਹੈ ਉਹ ਵੀ ਮੰਨਦਾ ਹੈ ਪਰ ਐਸੇ ਲੋਕਤੰਤਰ ਚ ਇੱਕ ਜਿਹੜੀ ਦੇਸ਼ਾ ਦੀ ਸਾਰੇ ਕੋਲਾ ਵੱਡੀ ਪਾਰਟੀ ਦਾ ਇੱਕ ਨਿਰਵਾਚਿਤ ਸਦਸਯ ਇਸ ਸਾਬਾ ਦਾ ਉਹਦਾ ਬਿਹਵਾਰ ਹੈ ਅਗਰ ਜਨਤਾ ਜਨਾਰਦਨ ਕਰਨਾ ਹੈ ਤੇ ਇਸ ਦਾ ਖਿਲਾਫ ਪਾਰਟੀ ਵੀ ਗੰਭੀਰ ਹੋਣਾ ਚਾਹੀਦਾ ਔਰ ਸੰਗਿਆਨ ਵੀ ਐਸੀ ਗੱਲਾਂ ਦਾ ਜ਼ਰੂਰ ਲੈਣਾ ਚਾਹੀਦਾ ਇਸ ਕੰਨਾ ਪਾਰਟੀ ਦੀ ਸ਼ਬੀ ਜਿਹੜੀ ਹੈ ਉਹ ਵੀ ਖਰਾਬ ਹੁੰਦੀ ਹੈ ਔਰ ਇਹ ਦਿਖਿਆ ਜਾ ਕਰਦਾ ਲੋਕੇ ਦੀ ਸ਼ਿਕਾਇਤ ਵੀ ਆਵਾ ਕਰਦੀ ਹੈ ਔਰ ਵੀ ਕਈ ਜਗ੍ਹਾ ਤੇ ਆਵਾ ਕਰਦੀ ਹੈ ਪਰ ਲੋਕ ਸਰਵਜਾਨੀਕ ਤੌਰ ਉਪਰ ਜਿਹੜੇ ਨਾ ਉਹ ਬਹੁਤ ਸਰਾੜੀ ਕਰਾ ਕਰਦੇ ਕਿ ਕਿ ਆਏ ਦਿਨ ਵੀਡੀਓ ਵਾਇਰਲ ਹੋਣ ਦਿਨ ਜਾਂ ਆਡੀਓ ਕਈ ਵਾਰੀ ਆਈ ਜਾਂਦੇ ਨੇ ਕਿ ਜਿਹੜੇ ਜਨਤਾ ਜਨਾਰਦਨ ਹੈ ਅਗਰ ਕੋਈ ਉਹ ਕੋਈ ਹੜਤਾਲ ਕਰਦੀ ਹੈ ਜਾਂ ਕੋਈ ਪ੍ਰਦਰਸ਼ਨ ਕਰਦੀ ਹੈ ਕਿ ਕਿ ਲੋਕਤੰਤਰ ਚ ਇਨਸਾਨ ਆਪਣੀ ਮੰਗ ਕੀ ਮਨਵਾਣੇ ਤਾਂ ਹੀ ਪ੍ਰਦਰਸ਼ਨ ਤੇ ਕਰੀ ਸਕਦਾ ਨਾਰੇबाजी ਕਰੀ ਸਕਦਾ ਕਿ ਕਿ ਇਹ ਉਸੇ ਸੰਵਿਧਾਨ ਚ ਆਕਤੋਏ ਦਾ ਹੈ ਕਿ ਉਹ ਇਸ ਰਾਏ ਵੀ ਆਪਣੀ ਜਿਹੜੀ ਮੰਗ ਹੈ ਆਪਣਾ ਜਿਹੜਾ ਵਿਰੋਧ ਹੈ ਉਹ ਦਰਜ ਕਰਵਾਈ ਸਕਦਾ ਪਰ ਅਗਰ ਉਸ ਗੀਤਮ ਕਾਇਆ ਜਾ ਜਾਂ ਇਹਨੇ ਸ਼ਬਦਾਂ ਦਾ ਇਸਤੇਮਾਲ ਕੀਤਾ ਜਾ ਜਿਹੜਾ ਕਿ ਇੱਕ ਵਾਇਰਲ ਵੀਡੀਓ ਚ ਹੋਆ ਕਰਦਾ ਤੇ ਤੁਸ ਆਪੂ ਸਾਭ ਲਈ ਸਕਦੇ ਹੋ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਲੋਕਤੰਤਰ ਵਿੱਚ ਸ਼ੋਭਾ ਦਿੰਦੀਆਂ ਨਾ ਨਹੀਂ ਦਿੰਦੀਆਂ ਬਿਲਕੁਲ ਨਹੀਂ ਦਿੰਦੀਆਂ ਹਰ ਦੇਖੋ ਇਹ ਮਤ ਦੇਖੋ ਕਿ ਪਾਰਟੀ ਦਾ ਜਿਹੜਾ ਵੱਡਾ નેਤਰਤਵ ਹੈ ਉਹ ਲੋਕਾਂ 'ਚ ਹੱਥ ਬੰਨੀ ਬੰਨੀ ਜਾ ਕਰਦੇ ਨੇ ਲੋਕਾਂ ਦੀਆਂ ਫਰਿਆਦਾਂ ਸੁਣਾ ਕਰਦੇ ਨੇ ਲੋਕਾਂ ਦੀ ਇਹ ਮੰਗੇ ਦਾ ਨਵੇੜਾ ਕਰਾ ਕਰਦੇ ਨੇ ਔਰ ਲੋਕਾਂ ਕੀ ਆਪਣੇ ਦਫ਼ਤਰ ਨੇ ਚ ਸਦਾ ਕਰਦੇ ਨੇ ਔਰ ਉਹਦੇ ਜਿਹੜੇ ਕੰਮ ਨੇ ਉਹਨੇ ਕੀ ਕਰਵਾ ਕਰਦੇ ਨੇ ਪਰ ਖਲਕੇ ਸਤਰ ਉੱਪਰ ਜਿਹੜੇ ਨਿਰਵਾਚਿਤ ਸਦਸੇ ਨੇ ਉਹ ਅਗਰ ਹੁੰਦਾ ਵਿਵਹਾਰ ਇਸ ਸਬਦਾ ਤੇ ਇਸ ਦਾ ਸੰਗਿਆਨ ਪਾਰਟੀ ਕੀ ਲੈਣਾ ਚਾਹੀਦਾ ਕਿ ਕਿ ਇਹ ਕੋਈ ਬੜੀ-ਬੜੀ ਪੋਸਟਾ ਨਹੀਂ ਹੈ ਨਾ ਜਾਂ ਤੁਸੀਂ ਕਿ ਕੋਈ ਸਰਕਾਰੀ ਨੌਕਰੀ ਨਹੀਂ ਹੈ ਕਿ ਤੁਸੀਂ ਹੁਣ 60 ਸਾਲ ਦਾ ਬਾਅਦ ਗਿਆ ਤੁਸੀਂ ਰਿਟਾਇਰ ਹੋਣਾ ਤੇ ਉਲੇ ਤੱਕ ਤੂੰਦਾ ਕੰਮ ਚੱਲਦੇ ਰਹਿਣਾ ਪਰ ਇਹ ਸਿਰਫ 5 ਸਾਲੇ ਦੀ ਗੇਮ ਹੈ ਮਿੱਤਰੋ 5 ਸਾਲੇ ਦਾ ਬਾਅਦ ਅੱਜ ਲੋਕ ਤੂੰਦੇ ਦੁਆਰਾ ਜਾ ਕਰਦੇ ਨੇ ਫਿਰ ਤੁਸੀਂ ਹੁੰਦੇ ਦੁਆਰਾ ਜਾਣਾ ਤੇ ਅੱਠ ਬੰਨੀ-ਬੰਨੀ ਅਰਜ਼ੀਆਂ ਕਰਨੀਆਂ ਨਾ ਪਰ ਉਹ ਹੀ ਸਕਦਾ ਕਿ ਲੋਕ ਇਨੇ ਅਰਜ਼ੀ ਦਾ ਜਿਹੜਾ ਜਵਾਬ ਹੈ ਇਸੇ ਸਭਾ ਦਾ ਦੇਣ ਜੇ ਸਭਾ ਦਾ ਤਸਦਿਆ ਕਰਦੇ